ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਮੌਜੂਦ ਹੈ। ਜੋੜਾਮਾਜਰਾ ਸਾਹਿਬ, ਜਿੱਥੇ ਜ਼ੋਰ ਲੱਗ ਰਿਹਾ ਉੱਥੇ ਇਸ ਤਰ੍ਹਾਂ ਦੇ ਹਾਲਾਤ ਇਸ ਵਾਰ ਪੈਦਾ ਹੋ ਗਏ ਹੈ ਕਿ ਖੁੱਲ੍ਹੇਆਮ ਇਲਜ਼ਾਮਬਾਜ਼ੀਆਂ, ਸੱਤਾ ਧਿਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸੱਤਾ ਧਿਰ ਦੇ ਨਾਲ ਰਹੇ ਵਿਧਾਇਕ ਜਿਹੜੇ ਅੱਜ ਕੱਲ੍ਹ ਬੀਜੇਪੀ ਦੇ ਉਮੀਦਵਾਰ ਨੇ, ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਨਹੀਂ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ, ਜਦੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਇਲੈਕਸ਼ਨ ਚੱਲ ਰਹੀ ਆ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਜਿਹੜਾ ਪਹਿਲਾਂ MLA ਸੀ ਉਹਨੇ ਅਸਤੀਫਾ ਦਿੱਤਾ, ਦੁਬਾਰੇ ਫਿਰ MLA ਦੀ ਇਲੈਕਸ਼ਨ ਲੜ ਰਿਹਾ, ਇਹ ਮੈਨੂੰ ਲੱਗਦਾ ਕੋਈ ਜਾਇਜ਼ ਤਾਂ ਹੈ ਨਹੀਂ ਗੱਲ। ਜਾਂ ਤਾਂ ਹੋਵੇ ਕੋਈ ਬਹੁਤ ਵੱਡਾ ਮਾਰਕਾ ਮਾਰਦੇ ਫਿਰ ਆਪਾਂ ਗੱਲ ਮੰਨ ਸਕਦੇ ਸੀ। ਜਿਹੜਾ ਪਹਿਲਾਂ ਸਵਾ ਦੋ ਸਾਲ MLA ਰਹਿ ਕੇ, ਸਵਾ ਦੋ ਸਾਲਾਂ 'ਚ ਜਿਹਨੇ ਕੁਛ ਨਹੀਂ ਕੀਤਾ, ਜਿਹੜਾ ਆਪਦੇ ਹਲਕੇ ਦੇ ਲੋਕਾਂ ਨੂੰ ਜਾ ਕੇ ਵਿਚਰਿਆ ਕੋਈ ਨਹੀਂ ਹੈ, ਉਹ ਤੋਂ ਆਪਾਂ ਹੁਣ ਅੱਗੇ ਕੀ ਉਮੀਦ ਰੱਖ ਸਕਦੇ ਹਾਂ? ਜਦੋਂ ਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤਾਂ ਜਿਹੜੇ ਜਲੰਧਰ ਪੱਛਮੀ ਦੇ ਲੋਕ ਨੇ ਉਹ ਭਲੀ ਭਾਂਤ ਜਾਣੂ ਨੇ, ਸਮਝਦਾਰ ਨੇ, ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣਗੇ ਔਰ ਵੱਡੇ ਮਾਰਜਨ ਨਾਲ ਜਿਤਾਉਣਗੇ, ਕਿਉਂਕਿ ਲੋਕਾਂ ਨੂੰ ਪਤਾ ਜਿਹੜਾ ਭਗਤ ਪਰਿਵਾਰ ਹੈ ਉਹਨਾਂ ਦਾ ਜਲੰਧਰ ਦੇ ਵਿੱਚ ਸਾਰੇ ਦੇ ਵਿੱਚ ਹੀ ਨਾਂ ਹੈ, ਉਹਨਾਂ ਦੀ ਇਮਾਨਦਾਰੀ, ਉਹਨਾਂ ਦਾ ਜਿਹੜਾ ਪਿਆਰ ਹੈ ਉਹ ਲੋਕਾਂ 'ਚ ਬਿਲਕੁਲ ਬਰਕਰਾਰ ਹੈ। ਜਿੰਨੇ ਵੀ ਅਸੀਂ ਪਿਛਲੇ 8-10 ਦਿਨਾਂ ਤੋਂ ਜਿੰਨੇ ਲੋਕਾਂ ਨੂੰ ਮਿਲੇ, ਇੱਕ ਇਨਸਾਨ ਨੇ ਵੀ ਇਹ ਨਹੀਂ ਕਿਹਾ ਕਿ ਭਗਤ ਪਰਿਵਾਰ ਮਾੜਾ ਹੈ, ਔਰ ਜਿੰਨੇ ਨੇ ਕੋਈ ਸ਼ੀਤਲ ਦੀ ਗੱਲ ਚੱਲੀ ਉਹਨਾਂ ਨੇ ਇਹੀ ਕਿਹਾ ਕਿ ਉਹ ਚੰਗਾ ਹੋਇਆ ਸਾਡਾ ਖਹਿੜਾ ਛੁੱਟ ਗਿਆ, ਚੰਗਾ ਹੋਇਆ ਆਪ ਅਸਤੀਫਾ ਦਿੱਤਾ। ਜੇ ਅਸਤੀਫਾ ਦੇ ਦਿੱਤਾ ਸੀ ਫਿਰ ਲੈਣ ਜਾਣ ਦੀ ਕੀ ਲੋੜ ਸੀ? ਕਿਉਂ ਕਿਤੇ ਨਾ ਕਿਤੇ ਪਹਿਲਾਂ ਪਤਾ ਨਹੀਂ ਕੀ ਸਾਠ ਗਾਠ ਜਿਹੜੀ ਕੀਤੀ ਗਈ ਹੈ ਬੀਜੇਪੀ ਨਾਲ, ਕੀ ਉਹਨਾਂ ਦੀ ਸਾਠ ਗਾਠ ਹੋਈ ਹੈ ਔਰ ਕਿਸ ਬਿਨਾਂ ਦੇ ਉੱਤੇ ਅਸਤੀਫਾ ਦਿੱਤਾ, ਕਿਸ ਬਿਨਾਂ ਦੇ ਉੱਤੇ ਜਾ ਕੇ ਅਸਤੀਫਾ ਵਾਪਸ ਲੈਣ ਚਲੇ ਗਏ। ਸੋ ਇੱਥੋਂ ਇਹ ਲੱਗਦਾ ਕਿਤੇ ਨਾ ਕਿਤੇ ਲੜਖੜਾਏ ਹੋਏ ਤੇ, ਕਿਤੇ ਨਾ ਕਿਤੇ ਪਤਾ ਨਹੀਂ ਐਸਾ ਕੀ ਸੋਚਿਆ ਕਿ ਜਾ ਕੇ ਅਸਤੀਫਾ ਦੇ ਦਈਏ। ਪਰ ਹੁਣ ਮੈਂ ਇੱਕ ਚੀਜ਼ ਲਿਖ ਕੇ ਦੇਣ ਨੂੰ ਤਿਆਰ ਹਾਂ, ਆਉਣ ਵਾਲੇ ਸਮੇਂ 'ਚ ਕਦੇ ਵੀ ਬੀਜੇਪੀ ਦਾ ਉਮੀਦਵਾਰ ਕਦੇ MLA ਨਹੀਂ ਬਣੇਗਾ ਜਿਹੜਾ ਹੁਣ ਇਲੈਕਸ਼ਨ ਲੜ ਰਿਹਾ ਬੀਜੇਪੀ ਵੱਲੋਂ, ਨਾ MLA ਬਣੇ, ਹੋਰ ਇੱਥੇ ਤੱਕ ਕਿ MC ਵੀ ਨਹੀਂ ਬਣਨਾ ਉਹਨੇ, ਕਿਉਂਕਿ ਬਿਲਕੁਲ ਜੀ ਉਹਨੇ ਜੋ ਅਸੀਂ ਹੁਣ ਹਲਕੇ ਦੇ ਵਿੱਚ ਜਾਂਦੇ ਹਾਂ, ਲੋਕਾਂ ਨੂੰ ਮਿਲਦੇ ਹਾਂ, ਗਿਲਦੇ ਹਾਂ, ਜੋ ਉਹਦੇ ਕੀਤੇ ਹੋਏ ਕੰਮ ਕਾਰ ਨੇ ਉਹਨਾਂ ਤੋਂ ਸਾਰੇ ਦੁਖੀ ਨੇ, ਜਿੰਨੇ ਕੰਮ ਕੀਤੇ ਇੱਕ ਵੀ ਨਹੀਂ ਕੀਤਾ ਸਾਰੇ ਪੁੱਠੇ ਕੀਤੇ। ਜੋੜਵਾਲ ਸਾਹਿਬ, ਉਂਗਰਾਲ ਕਹਿੰਦੇ ਨੇ ਕਿ ਜਦੋਂ ਮੈਂ ਸੱਤਾ ਧਿਰ ਦੇ ਨਾਲ ਸੀ ਤਾਂ ਕੀਤਾ ਹੀ ਕੱਖ ਨਹੀਂ, ਕਹਿੰਦੇ ਇਸ ਕਰਕੇ ਮੈਂ ਅੱਕ ਕੇ ਛੱਡਤੀ ਵੀ ਜਦੋਂ ਮੈਂ ਲੋਕਾਂ ਦੇ ਕੰਮ ਨਹੀਂ ਕਰਾ ਸਕਦਾ, ਔਰ ਉਹ ਕਹਿੰਦੇ ਨੇ ਕਿ ਹੁਣ ਜਿਹੜੇ ਕੰਮ ਲਈ ਉਹ ਛੱਡ ਕੇ ਆਏ ਨੇ ਵੀ ਹੁਣ ਮਹਿੰਦਰ ਭਗਤ ਨੇ ਕਿਵੇਂ ਕਰਾ ਲੈਣਗੇ, ਸਰਕਾਰ ਤਾਂ ਉਹੀ ਹੈ। ਨਹੀਂ ਮੈਂ ਪੁੱਛਣਾ ਚਾਹੁੰਦਾ ਜੇ ਇਸੇ ਕਰਕੇ ਅਸਤੀਫਾ ਦਿੱਤਾ ਵੀ ਕੰਮ ਨਹੀਂ ਹੋਏ, ਹੁਣ ਕੰਮ ਕਿਵੇਂ ਕੰਮ ਹੋ ਜਾਣਗੇ? ਹੁਣ ਤਾਂ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੈਂ ਵਿਰੋਧੀ ਧਿਰ 'ਚ ਬੈਠ ਕੇ ਕਹਿੰਦੇ ਕਿ ਝੰਡਾ ਕੱਢੂੰਗਾ, ਕੋਈ ਝੰਡਾ ਨਹੀਂ ਕੱਢਿਆ ਜਾਣਾ, ਆਪਦਾ ਝੰਡਾ ਸਾਂਭ ਲੇ, ਜਿੱਥੇ ਰੱਖਣਾ ਰੱਖ ਦੇਵੇ, ਕੋਈ MLA ਨਹੀਂ ਬਣਨਾ, ਕੁਛ ਨਹੀਂ ਬਣਨਾ, ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ। ਹਾਂ, ਮੈਂ ਇੰਨਾ ਦਾਅਵੇ ਨਾਲ ਕਹਿਣਾ ਮਹਿੰਦਰ ਭਗਤ ਜੀ MLA ਬਣਗੇ, ਔਰ ਕੰਮ ਜਿੰਨੇ ਹੁਣ ਇਹ ਚੰਗਾ ਹੋਇਆ ਵੈਸੇ ਉਹਨੇ ਅਸਤੀਫਾ ਦੇ ਦਿੱਤਾ, ਕਿਉਂਕਿ ਪਤਾ ਲੱਗ ਗਿਆ ਸਾਨੂੰ ਜਿਹੜੇ ਕੰਮ ਹੋਣ ਵਾਲੇ ਨੇ ਹੁਣ ਪਹਿਲ ਦੇ ਆਧਾਰ ਤੇ ਕਰਾ ਕੇ ਦਵਾਂਗੇ, ਔਰ ਇਹ ਨਹੀਂ ਹੈ ਕਿ ਉੱਥੇ ਭੈਣੀਆਂ ਪਾਉਣੀਆਂ ਨੇ, ਕਿਤੇ ਆਹ ਦੇ ਦੇ ਹਿੱਸੇ ਪੱਤੇ ਨਹੀਂ ਹੋਣੇ, ਕੰਮ ਹੋਣਗੇ, ਬਿਲਕੁਲ ਇਮਾਨਦਾਰੀ ਕੰਮ ਹੋਣਗੇ। ਔਰ ਸਗੋਂ ਇੱਕ ਹੋਰ ਵਧਾਈ ਹੈ ਇੱਧਰ ਜਿਹੜੇ ਜਲੰਧਰ ਏਰੀਏ ਦੇ ਲੋਕ, ਦੁਆਬੇ ਦੇ ਲੋਕ ਨੇ ਕਿ ਮੁੱਖ ਮੰਤਰੀ ਸਾਹਿਬ ਖੁਦ ਜਲੰਧਰ ਵਿਖੇ ਬੈਠੇ ਨੇ, ਔਰ ਇੱਧਰ ਜਿਹੜੇ ਗੁਰਦਾਸਪੁਰ, ਅੰਮ੍ਰਿਤਸਰ ਜਾਂ ਹੋਰ ਨੇੜੇ ਤੇੜੇ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਨੂੰ ਚੰਡੀਗੜ੍ਹ ਭੱਜਣ ਦੀ ਲੋੜ ਨਹੀਂ, ਜਲੰਧਰ 'ਚ ਹੀ ਕੰਮ ਹੋਣਗੇ ਉਹਨਾਂ ਦੇ। ਸੋ ਇਸ ਜਿਹੜੇ ਹਾਲਾਤ ਨੇ ਨਾ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਸੰਸਦ ਨੇ ਉਹ ਵੀ ਇੱਥੇ ਘੁੰਮ ਰਹੇ ਸੀ, ਇੱਕ ਦਿਨ ਵਿਖਾ ਰਹੇ, ਕਹਿੰਦੇ ਗਲੀਆਂ 'ਚ ਪਾਣੀ ਹੈ, ਸੀਵਰੇਜ ਦਾ ਪਾਣੀ ਹੈ, ਉਹ ਕਹਿੰਦੇ ਕਿ ਛੋਟੀਆਂ ਮੋਟੀਆਂ ਦਿੱਕਤਾਂ ਜਿਹੜੀਆਂ ਇੰਨੀਆਂ ਨੇ ਇਸ ਇਲਾਕੇ ਦੇ ਵਿੱਚ, ਤਾਂ ਇਹ ਸਵਾਲ ਚੱਕਦੇ ਨੇ ਕਹਿੰਦੇ 2.5 ਸਾਲ 'ਚ ਨਹੀਂ ਹੋਏ। ਫਿਰ ਤੁਹਾਨੂੰ ਕੀ ਲੱਗਦਾ ਕਿ 2 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ, ਲੋਕ ਤੁਹਾਨੂੰ ਕਿਉਂ ਚੁਣਨ? ਲੋਕਾਂ ਨੂੰ ਤੁਸੀਂ ਕੀ ਐਸਾ ਤੁਹਾਨੂੰ ਲੱਗਦਾ ਹੈ ਕਿ ਵੀ ਆਹ ਸਾਡੀਆਂ ਜਿਹੜੀਆਂ 4 ਚੀਜ਼ਾਂ ਨੇ ਲੋਕ ਇਹ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਵੋਟ ਪਾ ਦੇਣ? ਮੈਂ ਪੁੱਛਣਾ ਚਾਹੁੰਦਾ ਰਾਜਾ ਬੜਿੰਗ ਜੀ ਨੂੰ, 760 ਕਰੋੜ ਰੁਪਇਆ ਸਮਾਰਟ ਸਿਟੀ ਪ੍ਰੋਜੈਕਟ ਦੇ ਨਾਂ 'ਤੇ ਜਲੰਧਰ ਵਿਖੇ ਆਇਆ, ਉਹ 760 ਕਰੋੜ ਰੁਪਇਆ ਕਿੱਥੇ ਲਾਇਆ?
ਕਿਹੜੀ ਗਲੀ ਤੇ ਲਾਇਆ, ਕਿਹੜੀਆਂ ਨਾਲੀਆਂ ਤੇ ਲਾਇਆ, ਕਿੱਥੇ ਸਟਰੀਟ ਲਾਈਟਾਂ ਲੱਗੀਆਂ, ਕਿੱਥੇ ਸੀਵਰੇਜ ਤੇ ਪੈਸੇ ਲੱਗੇ, ਕਿੱਥੇ ਕੀ ਕੰਮ ਹੋਇਆ, ਉਹਦਾ ਜਵਾਬ ਦੇਣ ਪਹਿਲਾਂ ਰਾਜਾ ਵੜਿੰਗ ਜੀ। ਸੁਣੋ, 760 ਕਰੋੜ ਰੁਪਇਆ ਜੇ ਕਿਤੇ ਲੱਗਿਆ ਹੁੰਦਾ, ਸਾਨੂੰ 2.25 ਸਾਲ ਹੋਏ ਨੇ ਸਰਕਾਰ ਬਣੀ ਨੂੰ, ਸਾਨੂੰ ਤਾਂ ਕਹਿ ਰਹੇ ਨੇ ਇਹਨਾਂ ਨੇ ਕਿੰਨੇ ਸਾਲ ਰਾਜ ਕੀਤਾ, ਇਹਨਾਂ ਨੇ ਆਪਦੀ ਪੀੜ੍ਹੀ ਥੱਲੇ ਸੋਟਾ ਕਿਉਂ ਨਹੀਂ ਫਿਰਦੇ ਵੀ ਅਸੀਂ ਕੀ ਕੀਤਾ ਪਿਛਲੇ 60-70 ਸਾਲਾਂ ਦੇ ਵਿੱਚ, ਇਹਨਾਂ ਨੇ ਕਿੰਨੀਆਂ ਵਾਰੀ ਸਰਕਾਰਾਂ ਆਈਆਂ ਕਾਂਗਰਸ ਦੀਆਂ, ਕਿੰਨੀ ਵਾਰੀ ਅਕਾਲੀ ਦਲ ਬੀਜੇਪੀ ਦੀਆਂ ਸਰਕਾਰਾਂ ਆਈਆਂ, ਉਹਨਾਂ ਨੇ ਕੀ ਕੀਤਾ ਆਪਦੇ ਬਾਰੇ ਵੀ ਕੁਛ ਦੱਸਣ। 760 ਕਰੋੜ ਦਾ ਹਿਸਾਬ ਲਓਗੇ ਤੁਸੀਂ ਹੁਣ? ਮੈਨੂੰ ਦੱਸਣ ਦਿਓ, 20 ਸਾਲ ਜਿਹੜੀ ਕਾਂਗਰਸ ਦੀ ਉਮੀਦਵਾਰ ਨੇ ਬੀਬਾ ਜੀ, 20 ਸਾਲ ਕੌਂਸਲਰ ਰਹੇ, ਉਹ ਸੀਨੀਅਰ ਡਿਪਟੀ ਮੇਅਰ ਰਹੇ, ਉਹਨਾਂ ਨੇ ਆਪਦੇ ਟਨਿਓਰ ਦੇ ਵਿੱਚ 23 ਦੇ 23 ਜਿਹੜੇ ਕੌਂਸਲਰ ਤੇ ਉਹਨਾਂ ਨਾਲ ਕਦੇ ਮੀਟਿੰਗ ਨਹੀਂ ਕੀਤੀ ਵੀ ਜਲੰਧਰ ਪੱਛਮੀ 'ਚ ਆਹ ਕੰਮ ਹੋਣ ਵਾਲੇ ਨੇ, ਇਹ ਆਪਾਂ ਨੂੰ ਕੰਮ ਕਰਨੇ ਚਾਹੀਦੇ ਨੇ ਇਕੱਠੇ ਹੋ ਕੇ, ਇੱਕ ਵਾਰੀ ਕਦੇ ਮੀਟਿੰਗ ਕਰੀ ਦੇਣ। ਬੀਬਾ ਜੀ ਨੇ ਜਿੰਨਾ ਚਿਰ ਸੀਨੀਅਰ ਡਿਪਟੀ ਮੇਅਰ ਰਹੇ ਆਪਦੇ ਆਫਿਸ ਨੂੰ ਤਾਲਾ ਲਾ ਕੇ ਰੱਖਿਆ, ਕੋਈ ਕਿਸੇ ਨੂੰ ਮਿਲ ਨਹੀਂ ਦਿੱਤਾ। ਹੁਣ ਉਹ ਕਿਹੜੇ ਹਿਸਾਬ ਨਾਲ ਕਹਿੰਦੇ ਨੇ ਕਿ ਉਹ ਵਿਧਾਨ ਸਭਾ ਜਿੱਤ ਕੇ ਉਹ ਜਾਣਗੇ, ਜਿਹੜੇ ਕੌਂਸਲਰ ਰਹਿੰਦੇ ਹੋਏ ਨਹੀਂ ਕਿਸੇ ਨੂੰ ਮਿਲੇ, ਉਹ MLA ਜਿੱਤ ਕੇ ਕਿਸੇ ਨੂੰ ਮਿਲਣਗੇ? ਸੋ ਮੇਰੀ ਤੁਹਾਡੇ ਮਾਧਿਅਮ ਜਿਹੜੀ ਮੈਂ ਬੇਨਤੀ ਕਰੂੰ ਜਲੰਧਰ ਪੱਛਮੀ ਦੇ ਲੋਕਾਂ ਨੂੰ ਕਿ ਤੁਹਾਡੀ ਵੋਟ ਬਹੁਤ ਕੀਮਤੀ ਆ, ਇਹਨਾਂ ਦੇ ਹੱਥ ਨਾ ਦਿਓ ਜਿਨ੍ਹਾਂ ਨੇ ਤੁਹਾਨੂੰ ਲੰਬਾ ਸਮਾਂ, ਜਿਨ੍ਹਾਂ ਨੇ ਰਾਜ ਕੀਤਾ, ਜਿਨ੍ਹਾਂ ਨੇ ਆਪਦੇ ਲੰਬੇ ਸਮੇਂ ਦੇ ਵਿੱਚ ਕਾਰਜਕਾਲ ਦੇ ਵਿੱਚ ਕੀਤਾ ਕੁਛ ਨਹੀਂ ਹੈ। ਮਹਿੰਦਰ ਭਗਤ ਤੋਂ ਵਧੀਆ ਬੰਦਾ ਕੋਈ ਨਹੀਂ ਹੋ ਸਕਦਾ। ਮਹਿੰਦਰ ਭਗਤ ਜੀ ਹੋ ਗਏ MLA ਔਰ ਸਰਕਾਰ ਹੋ ਗਈ ਆਪ ਦੀ, ਮੁੱਖ ਮੰਤਰੀ ਹੋ ਗਏ ਭਗਵੰਤ ਮਾਨ ਜੀ, ਜਿੰਨੇ ਵੀ ਜਲੰਧਰ ਦੇ ਸਾਰੇ ਜਲੰਧਰ ਦੇ ਜਿੰਨੇ ਕੰਮ ਨੇ ਹੁਣ ਪਹਿਲ ਦੇ ਆਧਾਰ ਤੇ ਹੋਣਗੇ, ਕਿਉਂਕਿ ਜਿਹੜਾ MLA ਬਣਨ ਜਾ ਰਿਹਾ ਉਹ MLA ਲੋਕਾਂ ਵਾਸਤੇ, ਲੋਕਾਂ ਦੇ ਵਿੱਚ ਰਹਿਣ ਵਾਲਾ, ਲੋਕਾਂ ਦੇ ਕੰਮ ਕਾਰ ਕਰਨ ਵਾਲਾ। ਸੋ ਇਸ ਕਰਕੇ ਕੰਮ ਬਾਕੀ 100% ਹੀ ਹੋਣ। ਜਿਹੜਾ ਤੁਸੀਂ ਸਵਾਲ ਚੱਕਿਆ ਕਿ 760 ਕਰੋੜ ਰੁਪਇਆ ਇੱਧਰ ਉੱਧਰ ਚਲਾ ਗਿਆ, ਉਹਦੀ ਜਾਂਚ ਹੋਏਗੀ, ਫਿਰ ਤੁਸੀਂ ਸੱਚ ਸਾਹਮਣੇ ਲਿਆਓਗੇ? ਇਲਜ਼ਾਮ ਤਾਂ ਤੁਸੀਂ ਲਾ ਰਹੇ ਹੋ ਹੁਣ ਚੋਣਾਂ ਤੋਂ ਬਾਅਦ, ਇਹਦੀ ਪੂਰੀ ਜਾਂਚ ਕਰਕੇ ਸੱਚ ਸਾਹਮਣੇ ਆਊਗਾ, ਕਾਰਵਾਈ ਹੋਊਗੀ? ਦੇਖੋ ਤੁਸੀਂ 760 ਕਰੋੜ ਦੀ ਮੈਂ ਗੱਲ ਕਰਦਾ, ਪਹਿਲਾਂ ਤਾਂ ਕਦੇ ਇਹਨਾਂ ਨੇ ਕਾਂਗਰਸੀਆਂ ਨੇ ਕੋਈ ਜ਼ਬਾਨ ਖੋਲੀ ਹੋਵੇ ਉਸ 'ਤੇ ਕਿ ਆਹ ਜਿਹੜਾ 760 ਕਰੋੜ ਆਇਆ ਸੀ ਉਹ ਗਿਆ ਕਿੱਥੇ? ਔਰ ਜੇ ਸਹੀ ਮਹੀਨਿਆਂ ਦੇ ਵਿੱਚ 90-90 ਕਰੋੜ ਰੁਪਇਆ ਆਉਂਦਾ ਤੀ ਇੱਕ ਇੱਕ ਕੌਂਸਟੀਚੁਐਂਸੀ ਨੂੰ, 90 ਕਰੋੜ ਰੁਪਇਆ ਜਲੰਧਰ ਪੱਛਮੀ 'ਚ ਤਾਂ ਮੈਨੂੰ ਕਿਤੇ ਲੱਗਿਆ ਦਿੰਦਾ ਨਹੀਂ। ਹਾਂ, ਇਹਨਾਂ ਨੇ ਜ਼ਰੂਰ ਜੇਬਾਂ ਭਰੀਆਂ ਹੋਣੀਆਂ, ਇਹਨਾਂ ਨੇ ਜੇ ਜੇਬਾਂ ਭਰੀਆਂ ਤਾਂ ਵਾਕਈ ਉਹ ਜਾਂਚ ਦਾ ਵਿਸ਼ਾ। ਬਾਕੀ ਜਿਵੇਂ ਲੋਕ ਜਲੰਧਰ ਦੇ ਲੋਕ ਨੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਕਿ ਕਾਂਗਰਸ ਨੇ ਕੀਤਾ ਕੁਛ ਨਹੀਂ ਹੈ, ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਜਿਹੜੀਆਂ ਪਰਤਾਂ ਨੇ ਜਿਹੜੀਆਂ ਉਹ ਖੁੱਲਣਗੀਆਂ। ਵਿਰੋਧੀ ਧਿਰ ਕਹਿੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਖੁਦ ਇੱਥੇ ਪਰਿਵਾਰ ਸਮੇਤ ਆ ਕੇ ਮੋਰਚਾ ਲਾਉਣਾ ਪੈ ਗਿਆ, ਸਾਰੀ ਸਰਕਾਰ ਸਾਰਾ ਤਾਮਝਾਮ ਲਾਉਣਾ ਪੈ ਗਿਆ, ਕਿਉਂਕਿ ਕਹਿੰਦੇ ਨੇ ਕਿ ਇੱਥੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ, ਸਭ ਵਿਰੋਧੀ ਧਿਰ ਕਹਿੰਦੇ ਨੇ। ਦੇਖੋ ਮੈਂ ਤਾਂ ਇਹ ਕਹਿਣਾ, ਵਧਾਈ ਦੇ ਪਾਤਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਆ ਕੇ ਬੈਠੇ ਨੇ। ਜਿਹੜੇ ਪਹਿਲਾਂ ਕਿਤੇ ਬਾਈ ਇਲੈਕਸ਼ਨ ਹੁੰਦੀ ਸੀ ਉਹ ਤਾਂ ਪਹਿਲੀ ਡੰਡਿਆਂ ਵਾਲੇ ਭੇਜਦੇ ਤੇ ਵੀ ਕੁੱਟੋ ਜੋ ਮਰਜ਼ੀ ਕਰੋ, ਅਸੀਂ ਇਲੈਕਸ਼ਨ ਜਿੱਤਣੀ ਆ, ਅਸੀਂ ਵੋਟਾਂ ਮੰਗਦੇ ਰਹੇ ਹਾਂ। ਜੇ ਅਸੀਂ ਡੰਡੇ ਨਾਲ ਜਿੱਤਣੀ ਹੁੰਦੀ ਅਸੀਂ ਵੋਟਾਂ ਥੋੜੀ ਘਰ ਘਰ ਜਾ ਕੇ ਮੰਗਦੇ ਤੇ, ਫਿਰ ਅਸੀਂ ਵੀ ਉਹੀ ਤਰੀਕਾ ਅਪਣਾਉਂਦੇ। ਜਿਹੜਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਿਹੜੀਆਂ ਪਿਰਤਾਂ ਪਾਈਆਂ ਉਹਨਾਂ ਤੋਂ ਹੁਣ ਡਰਦੇ ਨੇ ਕਿ ਐਂ ਨਾ ਹੋ ਜੇ, ਊਂ ਨਾ ਹੋ ਜੇ, ਇਸ ਤਰ੍ਹਾਂ ਨਾ ਹੋ ਜੇ। ਜੇ ਅਸੀਂ ਕੁਛ ਇਹੋ ਜਿਹਾ ਕਰਨਾ ਹੁੰਦਾ ਤਾਂ ਅਸੀਂ ਡੋਰ ਟੂ ਡੋਰ ਘਰ ਘਰ ਜਾ ਕੇ ਲੋਕਾਂ ਤੋਂ ਵੋਟਾਂ ਨਾ ਮੰਗਦੇ, ਸਾਨੂੰ ਪਤਾ ਸੀ ਵੀ ਇੱਦਾਂ ਕਰਕੇ ਜਿੱਤ ਲੋ। ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਸ ਚੀਜ਼ 'ਚ ਵਧਾਈ ਦੇ ਪਾਤਰ ਨੇ ਕਿ ਉਹ ਇੱਕ ਇੱਕ ਵੋਟ ਜਿਹੜੀ ਮੰਗ ਕੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਵਾਸਤੇ ਅਪੀਲ ਕਰ ਰਹੇ ਨੇ ਕਿ ਮਹਿੰਦਰ ਭਗਤ ਜੀ ਨੂੰ ਵੋਟ ਪਾਓ। ਮੈਂ ਤਾਂ ਮੁਕਾਬਲਾ ਕਿਹਦੇ ਨਾਲ ਰਹੂਗਾ, ਕਿਉਂਕਿ ਕਾਂਗਰਸ ਵੀ ਦਾਅਵਾ ਕਰਦੀ ਹੈ ਕਿ ਅਜੇ ਪਾਰਲੀਮੈਂਟ ਚੋਣਾਂ 'ਚ ਵੋਟ ਕਾਫੀ ਵਧਾ ਗਏ ਸੀ ਚੰਨੀ ਸਾਹਿਬ ਇੱਥੋਂ। ਦੂਜੇ ਪਾਸੇ ਬੀਜੇਪੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਦੁਬਾਰਾ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਥੇ, ਕੀ ਲੱਗਦਾ ਮੁਕਾਬਲਾ ਕਿਹਦੇ ਨਾਲ ਰਹੂਗਾ?
ਦੇਖੋ ਮੁਕਾਬਲੇ ਦੀ ਗੱਲ ਨਹੀਂ ਹੈ, ਜਲੰਧਰ ਪੱਛਮੀ ਦੇ ਲੋਕ ਨੇ, ਬੜੇ ਸਿਆਣੇ ਨੇ, ਸੂਝਵਾਨ ਨੇ, ਉਹਨਾਂ ਨੂੰ ਸਾਰਾ ਪਤਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਤੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾਉਣ ਦਾ ਫਾਇਦਾ, ਕਿਉਂਕਿ ਕੰਮ ਉਹਨਾਂ ਨੇ ਕਰਨੇ ਨੇ। ਸੋ ਇਸ ਕਰਕੇ ਉਹਨਾਂ ਦੀ ਵੋਟ ਆਮ ਆਦਮੀ ਪਾਰਟੀ ਨੂੰ, ਉਹਨਾਂ ਦੀ ਵੋਟ ਝਾੜੂ ਨੂੰ, ਝਾੜੂ ਨੇ ਹੀ ਜਿੱਤਣਾ। ਸੋ ਆਮ ਆਦਮੀ ਪਾਰਟੀ ਨੇ ਸਾਰਾ ਕੰਮ ਕਰਨੇ ਜਿਹੜੇ ਜਲੰਧਰ ਪੱਛਮੀ ਦੇ ਲੋਕਾਂ ਨੇ ਕਰਵਾਉਣਾ। ਮਗਰਲਿਆਂ ਚੋਂ ਵੀ ਇੱਕ ਅੱਧਾ ਨੰਬਰ ਦੱਸ ਦਿਓ ਨਾ, ਤੁਹਾਡੇ ਮਗਰਲੇ ਪਾਸੇ ਕਿਹੜਾ ਹੋਊਗਾ ਫਿਰ? ਨਹੀਂ ਦੇਖੋ, ਇਹ ਤਾਂ ਜਲੰਧਰ ਪੱਛਮੀ ਦੇ ਲੋਕਾਂ ਨੇ ਉਹ ਕਰਨਾ। ਵੈਸੇ ਮੈਂ ਜਿਹੜਾ ਹੁਣ ਜਿੱਦਣ ਦੇ ਪਿਛਲੇ 10 ਦਿਨ ਤੋਂ ਵਿਚਰ ਰਿਹਾ, ਮੈਨੂੰ ਲੱਗਦਾ ਨਹੀਂ ਬਹੁਤ ਪਿੱਛੇ ਰਹਿਣ ਵਾਲੇ ਨੇ। ਬਹੁਤ ਹਾਲਾਤ ਜਿਹੜੇ ਕਾਂਗਰਸ ਦੇ, ਬੀਜੇਪੀ ਦੇ ਬਹੁਤ ਮਾੜੇ ਨੇ, ਉਹਨਾਂ ਨੂੰ ਕਿਸੇ ਨੇ ਕੋਈ ਮੂੰਹ ਲਾ ਨਹੀਂ ਰਿਹਾ।